ਰਾਜਧਾਨੀ ਦਿੱਲੀ 'ਚ ਸੁਪਰੀਮ ਕੋਰਟ ਵੱਲੋਂ ਪਟਾਕਿਆਂ 'ਤੇ ਰੋਕ ਲਗਾਉਣ ਮਗਰੋਂ ਹੁਣ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ 'ਚ ਵੀ ਪਟਾਕੇ ਚਲਾਉਣ ਦਾ ਸਮਾਂ ਨਿਯਤ ਕਰ ਦਿੱਤਾ ਗਿਆ। ਪਟਾਕੇ ਚਲਾਉਣ ਦਾ ਸਮਾਂ ਸ਼ਾਮ 6:30 ਤੋਂ 9:30 ਵਜੇ ਤੱਕ ਤੈਅ ਕੀਤਾ ਗਿਆ। ਇਸ ਦੌਰਾਨ ਪੁਲਿਸ ਧਿਆਨ 'ਚ ਰੱਖੇਗੀ ਕਿ ਇਸ ਨਿਯਤ ਸਮੇਂ ਤੋਂ ਬਾਅਦ ਕੋਈ ਵੀ ਪਟਾਕੇ ਨਾ ਚਲਾਵੇ। ਆਓ ਜਾਣਦੇ ਹਾਂ ਅਦਾਲਤ ਦੇ ਇਸ ਨਿਰਦੇਸ਼ ਬਾਰੇ ਗੁਰਦਾਸਪੁਰ ਦੇ ਲੋਕਾਂ ਦੀ ਕੀ ਰਾਏ ਹੈ। ਵੈਸੇ ਤਾਂ ਚੰਗੀ ਗੱਲ ਵਾ ਵੀ ਜਿਹੜਾ ਪੋਲੂਸ਼ਨ ਰਾਤ ਦੀਵਾਲੀ ਹੋਵੇ, ਲੇਕਿਨ ਜੇ ਇਸ ਤਰ੍ਹਾਂ ਦੀਵਾਲੀ ਮਨਾਉਣੀ, ਇਸ ਤਰ੍ਹਾਂ ਹਾਈਕੋਰਟ ਨੇ ਆਦੇਸ਼ ਕਰਨਾ ਸੀਗਾ ਤਾਂ ਸਮੇਂ ਤੋਂ ਪਹਿਲੇ ਕਰਦੇ, ਤਾਂ ਕਿ ਜਿਹੜੇ ਪਟਾਕੇ ਮਨਾਉਣ ਵਾਲੇ ਲੋਕ ਨੇ, ਜਿਨ੍ਹਾਂ ਨੇ ਆਪਣੀ ਬਹੁਤ ਜ਼ਿਆਦਾ ਮਿਹਨਤ ਦੇ ਨਾਲ ਇਹ ਪਟਾਕੇ ਬਣਾਏ, ਆਪਣੀ ਇਨਵੈਸਟਮੈਂਟ ਲਾਈ ਆ, ਉਹਨਾਂ ਦੇ ਨਾਲ ਇਹ ਧੱਕਾਈ ਆ ਵੀ ਅਗਰ ਇਹੋ ਜਿਹੀਆਂ ਪਾਬੰਦੀਆਂ ਅਗਰ ਲੱਗਦੀਆਂ ਵਾ, ਕਿਉਂਕਿ ਇਹੋ ਜਿਹੇ ਫੈਸਲੇ ਜੋ ਸਰਕਾਰ ਨੇ ਲੈਣੇ ਤਾਂ ਉਹਨੂੰ ਸਮੇਂ ਸਿਰ ਲੈਣੇ ਚਾਹੀਦੇ ਆ। ਇਹ ਬਹੁਤ ਵੀਰ ਬੈਠੇ ਹਾਈਕੋਰਟ ਦਾ ਫੈਸਲਾ, ਜਿਹੜਾ ਹਾਈਕੋਰਟ ਸੁਪਰੀਮ ਆ ਅਤੇ ਸਾਨੂੰ ਕਾਨੂੰਨ ਦਾ ਅਤੇ ਸਤਿਕਾਰ ਕਰਨਾ ਹੀ ਪੈਣਾ ਅਤੇ ਕਰਨਾ ਵੀ ਚਾਹੀਦਾ, ਪਰ ਜਿਹੜਾ ਇੱਕਦਮ 2 ਘੰਟੇ ਵਾਸਤੇ ਜਿੰਨਾ ਕੁ ਪ੍ਰਦੂਸ਼ਣ ਫੈਲਣਾ, ਇਹਦੇ ਨਾਲ ਪ੍ਰਪੋਰਸ਼ਨੇਟਲੀ ਜਿਹੜੀਆਂ ਹੋਰ ਬੜੀਆਂ ਵੱਡੀਆਂ ਸੰਸਥਾਵਾਂ ਮਤਲਬ ਪ੍ਰਦੂਸ਼ਣ ਪੈਦਾ ਕਰ ਰਹੀ ਆ, ਉਹਦੇ ਬਾਰੇ ਵੀ ਸੋਚਣਾ ਚਾਹੀਦਾ। 365 ਦਿਨਾਂ ਬਾਅਦ ਇੱਕ ਦਿਨ 2 ਘੰਟੇ ਵਾਸਤੇ ਪ੍ਰਦੂਸ਼ਣ ਕਿੰਨਾ ਕੁ ਫੈਲ ਜਾਏਗਾ, ਵੇਸਟ ਤਾਂ ਹੋ ਸਕਦਾ, ਦੁਕਾਨਦਾਰਾਂ ਦਾ ਨੁਕਸਾਨ ਹੋ ਸਕਦਾ, ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਪ੍ਰਦੂਸ਼ਣ ਹੈ, ਪ੍ਰਦੂਸ਼ਣ ਵਿੱਚ ਸਾਡੀ ਸਰੀਰਕ ਤੌਰ 'ਤੇ ਕਾਫੀ ਨੁਕਸਾਨ ਹੋ ਸਕਦਾ। ਜਾਇਜ਼ ਮੰਨਦੇ ਹੋ? ਬਿਲਕੁਲ ਜਾਇਜ਼ ਹੈ, ਹਾਈਕੋਰਟ ਦਾ ਆਰਡਰ ਨਾਲ ਬਿਲਕੁਲ। ਅਸੀਂ ਬੈਨ ਹੈਗਾ ਪਟਾਕਿਆਂ ਦਾ ਭਾਜੀ, ਅਸੀਂ ਕਿਹੜਾ ਹੁਣ ਖਰੀਦਿਆ, ਪਹਿਲੇ ਜਿਹੜੇ ਬੇਜਾ ਮੁਕਾ ਕੇ 1-2 ਡੱਬੇ ਗਮ ਪਰ ਸਰਕਾਰ ਨੇ ਇਸਲੇ ਮਨਾ ਕਰਤਾ ਨਾ, ਹਾਈਕੋਰਟ ਦੇ ਵੀ ਆਰਡਰ ਆਏ ਆ, ਚੁੱਕ ਦਿੰਦੇ ਹਾਈਕੋਰਟ ਦੇ ਆਰਡਰ, ਚੁੱਕ ਦਿੰਦੇ। ਅਸੀਂ ਕਿਹੜਾ ਕੋਈ ਇੱਥੇ 2-3 ਡੱਬੇ ਹੈਗਾ, 5-7 ਹਜ਼ਾਰ ਦੇ ਪਟਾਕੇ ਨੂੰ ਚੁੱਕ ਦਿੰਦੇ। ਸਪੋਕਸਮੈਨ ਟੀਵੀ ਦੇ ਲਈ ਗੁਰਦਾਸਪੁਰ ਤੋਂ ਹੇਮੰਤ ਨੰਦਾ ਦੀ ਰਿਪੋਰਟ।